ਦਾ ਸਾਰਿਆਂ ਨੂੰ ਮੈਂ ਨਵਤੇਜ ਰੰਧਾਵਾ ਅੱਜ ਰਾੜਾ ਸਾਹਿਬ ਪਹੁੰਚਿਆ ਹੋਇਆ। ਆਓ ਤੁਹਾਨੂੰ ਰਾੜਾ ਸਾਹਿਬ ਦਾ ਇਤਿਹਾਸ ਜਿਹੜਾ ਉਸ ਦੇ ਨਾਲ ਜਾਣੂ ਕਰਾਈਏ ਅਤੇ ਨਾਲ ਦੇ ਨਾਲ ਦਰਸ਼ਨ ਕਰਾਈਏ ਰਾੜਾ ਸਾਹਿਬ ਜੋ ਕਿ ਲੁਧਿਆਣੇ ਦੇ ਬਿਲਕੁਲ ਲੱਗ ਰਿਹਾ। ਅੱਜ ਅਸੀਂ ਰਾੜਾ ਸਾਹਿਬ ਦੀ ਸੰਤਾਂ ਦੀ ਧਰਤੀ 'ਤੇ ਪਹੁੰਚੇ ਹਾਂ ਅਤੇ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸੰਤ ਬਾਬਾ ਰਾੜਾ ਸਿੰਘ ਸਾਹਿਬ ਮਹਾਰਾਜ ਜੀ ਦਾ ਜੋ ਦੀਵਾਨ ਲੱਗਦੇ ਹੁੰਦੇ ਸੀ। ਇੱਥੇ ਸੰਤ ਮਹਾਰਾਜ ਜੀ ਨੇ ਪਹਿਲੇ ਜੋ ਆਏ ਸੀ ਤਪੱਸਿਆ ਕਰਨ ਆਏ ਸੀ ਅਤੇ ਉਹਨਾਂ ਨੇ ਇੱਥੇ ਆ ਕੇ ਜੋ ਰਾੜਾ ਸਾਹਿਬ ਦਾ ਸ੍ਰੀ ਗੁਰਦੁਆਰਾ ਸਾਹਿਬ ਵਸਾਇਆ ਹੈ। ਸੋ ਇੱਥੇ ਸੰਤ ਮਹਾਰਾਜ ਪਹਿਲੇ ਜੰਗਲ ਹੁੰਦਾ ਸੀ ਅਤੇ ਰਾਜੇ ਦੀ ਧਰਤੀ ਹੁੰਦੀ ਸੀ ਅਤੇ ਉਸ ਤੋਂ ਬਾਅਦ ਜਦੋਂ ਸੰਤ ਮਹਾਰਾਜ ਇੱਥੇ ਤਪੱਸਿਆ ਕਰਨ ਆਏ ਅਤੇ ਰਾਜੇ ਨੂੰ ਪਤਾ ਲੱਗਿਆ ਅਤੇ ਰਾਜੇ ਨੇ ਉਹਨਾਂ ਨੂੰ ਇੱਥੇ ਤਪੱਸਿਆ ਕਰਨ ਤੋਂ ਮਨ੍ਹਾ ਕਰ ਦਿੱਤਾ। ਉਸ ਤੋਂ ਉਪਰੰਤ ਸੰਤਾਂ ਨੇ ਕਲਾ ਵਰਤਾਈ, ਰਾਜੇ ਨੂੰ ਕੋਈ ਦੁੱਖ ਹੋ ਗਿਆ ਸੀ ਜਿਸ ਨੂੰ ਸੰਤਾਂ ਨੇ ਦੂਰ ਕਰਤਾ ਅਤੇ ਸੰਤਾਂ ਤੋਂ ਖੁਸ਼ ਹੋ ਕੇ ਰਾਜੇ ਨੇ ਜਗ੍ਹਾ ਉਹਨਾਂ ਨੂੰ ਦਾਨ ਕਰ ਦਿੱਤੀ, ਉਹਨਾਂ ਦੇ ਚਰਨਾਂ ਵਿੱਚ ਭੇਟ ਕਰ ਦਿੱਤੀ। ਉਸ ਤੋਂ ਉਪਰੰਤ ਸੰਤ ਮਹਾਰਾਜ ਦੀ ਤਪੱਸਿਆ ਦੇ ਪ੍ਰਤਾਪ ਦੇ ਨਾਲ ਇੱਥੇ ਜਿਹੜਾ ਰਾੜਾ ਸਾਹਿਬ ਮਹਾਰਾਜ ਦਾ ਸਥਾਨ ਬਣਿਆ। ਇੱਥੇ ਹੁਣ ਤੱਕ 3 ਸੰਤ ਹੋਏ ਹਨ ਅਤੇ 4 ਸੰਤ ਮਹਾਰਾਜ ਹੁਣ ਆਪਣੀ ਗੱਦੀ 'ਤੇ ਵਿਰਾਜਮਾਨ ਹਨ। ਪਹਿਲੇ ਆਪਣੇ ਸੰਤ ਬਾਬਾ ਸੰਤ ਮਹਾਰਾਜ ਈਸ਼ਰ ਸਿੰਘ ਜੀ ਮਹਾਰਾਜ ਉਹ ਤੋਂ ਉਪਰੰਤ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ, ਅੱਜ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ। ਉਹਨਾਂ ਦੇ ਅਲੱਗ ਅਲੱਗ ਜਗ੍ਹਾ 'ਤੇ ਘੋੜੇ ਬਣੇ ਹਨ। ਪਹਿਲਾਂ ਜੋ ਸੰਤ ਮਹਾਰਾਜ ਇੱਥੇ ਸਨ ਅਤੇ ਦੂਜੇ ਸੰਤ ਮਹਾਰਾਜ ਬਾਬਾ ਤੇਜ ਸਿੰਘ ਜੀ ਉੱਧਰ ਸਨ ਘੋੜੇ ਵੱਲ ਅਤੇ ਤੀਜੇ ਸੰਤ ਜਿਹੜੇ ਆਪਣੇ ਦੂਜੇ ਸੰਤ ਬਾਬਾ ਤੇਜ ਸਿੰਘ ਜੀ ਇੱਧਰ ਘੋੜਾ ਸਾਹਿਬ ਹੈ ਅਤੇ ਇੱਧਰ ਤੀਜੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਉਹ ਇੱਧਰ ਰਹੇ ਹਨ ਅਤੇ ਜਿਹੜੇ ਹੁਣ 4 ਸੰਤ ਹਨ ਉਹ ਆਪਣੇ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨੇ ਨਾਲ ਹੀ ਉਹਨਾਂ ਦੇ ਨਾਲ ਉੱਥੇ ਆਪਣਾ ਸਥਾਨ ਬਣਾਇਆ ਜਿੱਥੇ ਸੰਤ ਮਹਾਰਾਜ ਠੰਡਾਂ 'ਚ ਆਉਂਦੇ ਹਨ
ਕੇ ਸੰਤਾਂ ਨੂੰ ਦਰਸ਼ਨ ਸੰਗਤਾਂ ਨੂੰ ਦਰਸ਼ਨ ਦਿੰਦੇ ਤੇਰਾ ਮੈਂ ਜਨ ਤੇਰਾ